ਜਿੱਥੇ ਮਾਲਵਾ ਬੈਲਟ ਦੇ ਕੁਝ ਹਿੱਸਿਆਂ ਦੇ ਵਿੱਚ ਨਰਮੇ ਦੀ ਫਸਲ ਉੱਪਰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਚਿੰਤਾ ਦੇ ਆਲਮ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤਾਂ ਉੱਥੇ ਹੀ ਕਿਸਾਨਾਂ ਨੇ ਨਰਮੇ ਦੀ ਫਸਲ ਨੂੰ ਵਾਹ ਵੀ ਦਿੱਤਾ ਨਹੀਂ ਕਿ ਹੁਣ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਬਰਸਾਤ ਪੈਣ ਤੋਂ ਬਾਅਦ ਨਰਮੇ ਦੀ ਫਸਲ ਉੱਪਰ ਚਿੱਟੇ ਜਿਹੜੇ ਆ ਤੇਲੇ ਦਾ ਹਮਲਾ ਹੋਇਆ ते चिट्टे तेले दे हमले नूं वेखदिआं होइआं मुख खेतीबाड़ी अफसर डॉक्टर प्रितपाल सिंह वल्लों वक्क वक्क टीमां बणा के किसानां दे नरमे दी फसल नूं चिट्टे तेले अते चिट्टी मक्खी तों बचाउण दे लई विशेष जतन कीते जा रहे ने। चिट्टी मक्खी दा हमला असीं पूरा कंट्रोल कर लिआ सीगा, अंडर कंट्रोल आ। ते जिहड़ा चिट्टा तेल आ, तेले दी स्प्रे करवाती सी इहनां नूं, उहदे नाल काफ़ी फर्क पै गिआ सीगा। पर जिहड़ा हुण इक तां मौसम जिहड़ा वा ਉਹਦਾ ਕਰਕੇ ਵੀ ਚਿੱਟਾ ਤੇਲੇ ਦਾ ਹਮਲਾ ਥੋੜਾ ਵੱਧ ਗਿਆ ਤੇ ਅਸੀਂ ਹੁਣ ਇਹਨਾਂ ਨੂੰ ਨਵੀਂ ਸਪਰੇ ਜਿਹੜੀ ਆ ਉਹ ਅਸੀਂ ਰਿਕਮੈਂਡੇਸ਼ਨ ਇਹਨਾਂ ਨੂੰ ਲਿਖ ਕੇ ਦੇਤੀ ਆ ਤੇ ਸਾਡੀ ਉਮੀਦ ਆ ਵੀ ਅਗਲੇ 2-3 ਦਿਨਾਂ ਦੇ ਵਿੱਚ ਜਿਹੜਾ ਇਹਨਾਂ ਦੇ ਤੇਲੇ ਦਾ ਹਮਲਾ ਵੀ ਉਹ ਵੀ ਪੂਰੀ ਤਰ੍ਹਾਂ ਕੰਟਰੋਲ। ਅਸੀਂ ਤਾਂ ਚਾਹੁੰਦੇ ਸੀਗੇ ਵੀ ਇਹ ਚਲੋ ਖੇਤੀ ਨਰਮੇ ਨੂੰ ਵਧੀਆ ਹੋ ਜੇ ਤੇ ਝੋਨੇ ਨਾਲੋਂ ਖੜਾ ਛੁੱਟ ਜੇ, ਪਰ ਇਹ ਸਾਨੂੰ ਲੱਗਦਾ ਨਹੀਂ ਗਾ ਜੀ ਵੀ ਇਹ ਖੜਾ ਛੱਡੂਗੀ। ਹੁਣ ਕਿਹੜੀ ਬਿਮਾਰੀ ਪਈ ਆ ਕੀ ਇਹ ਤਾਂ ਜੀ ਹੁਣ ਚਿੱਟੀ ਮੱਖੀ ਵੀ ਫਿਰਦੀ ਆ, ਤੇਲਾ ਵੀ ਆ ਤੇ ਆਹ ਅਟੈਕ ਹੀ ਅਟੈਕ ਹੋਈ ਜਾਂਦੇ ਆ ਜੀ। ਇੰਨਾ ਵਧੀਆ ਨਰਮਾ ਸੀਗਾ ਤੇ ਸਾਨੂੰ ਤਾਂ ਘਾਟੇ ਵਾਲਾ ਸੌਦਾ ਦਿਖੀ ਜਾਂਦਾ। ਚਿੱਟੀ ਮੱਖੀ ਦਾ ਹਮਲਾ ਤਾਂ ਹੋਇਆ ਸੀਗਾ ਪਰ ਸਾਨੂੰ ਮਹਿਕਮੇ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਸਮੇਂ ਸਮੇਂ 'ਤੇ ਸਪਰੇਆਂ ਕਰਦੇ ਹਾਂ। ਅੱਜ ਵੀ ਸੁਬਹਾ ਸਪਰੇ ਕੀਤੀ ਆ ਅਤੇ ਡਾਕਟਰ ਸਾਹਿਬਾਨ ADO ਸਾਹਿਬਾਨ ਸਾਡਾ ਸਾਥ ਦਿੰਦੇ ਆ ਹਰ ਟਾਈਮ, ਜੋ ਜਦੋਂ ਵੀ ਸਾਦੇ ਇਹਨਾਂ ਨੂੰ ਸਮੇਂ ਸਮੇਂ 'ਤੇ ਸਾਡੇ ਖੇਤ ਪਹੁੰਚਦੇ ਆ।